टुडे न्यूज़ विच तुहाडा स्वागत है। हुण हर खबर तुहाडे तक। जी नहीं, कुड़ी दे नाल हुंदे तेल पा के उहदी इहने अग ला दी। ਕੋਈ ਤਾਂ ਮਤਲਬ ਫਿਰ ਤੈਨੂੰ ਪਤਾ ਹੀ ਹੁਣ ਧੱਕਾ ਕਰਦਾ ਵੀ ਅੱਜ ਘਰੇ ਇਕੱਲੀ ਹੈ। ਰੰਜ ਦਾ ਮਤਲਬ ਮੇਰੇ ਨਾਲ ਟਿਕ ਜੇ, ਮੈਂ ਆਪਦੀ ਕਹੋ ਕਰੀ ਜਾਵਾਂ। ਸਹੁਰੇ ਨੇ ਨੂੰਹ ਨੂੰ ਲਾਈ ਅੱਗ, ਹਾਲਤ ਗੰਭੀਰ, PGI ਰੈਫਰ। ਇਹ ਸਾਰੀ ਘਟਨਾ ਪਿੰਡ ਠੀਕਰੀ ਵਾਲ ਪਿੰਡ ਦੇ ਵਿੱਚ ਵਾਪਰੀ। ਇਹਨਾਂ ਦੀ ਸਾਰੀ ਘੜੀ ਮਿਥੀ ਸਾਜ ਹੈ। ਬੁੜੀ ਪੇਕੀ ਭੇਜਤੀ, ਮੁੰਡਾ ਘਰੋਂ ਭੇਜਤਾ, ਮੁੰਡੇ ਨੂੰ ਘਰੇ ਛੱਡਿਆ ਆ, ਪੋਤੇ ਨੂੰ ਕਿਸੇ ਦੇ ਘਰੇ ਛੱਡਿਆ ਆ, ਉਦੋਂ ਮੁੜ ਕੇ ਪੰਪ ਤੋਂ ਤੇਲ ਲਿਆ ਲੀਟਰ ਪੈਟਰੋਲ, ਕੁੜੀ ਨਹਾਉਣ ਵਰਗੀ ਤਖਤੇ ਨੂੰ ਕਰੰਟ ਲਾਤਾ, ਠੀਕ ਹੈ। ਜਦੋਂ ਕਰੰਟ 'ਤੇ ਮਾੜਾ ਜਿਹਾ ਲੱਗਿਆ, ਕੁੜੀ ਨੇ ਲੱਕੜ ਨਾਲ ਖੋਲ੍ਹ ਲਿਆ। ਲੱਕੜ ਨਾਲ ਖੋਲ੍ਹ ਕੇ ਕੁੜੀ ਜਦੋਂ ਅੰਦਰ ਵੜ ਗਈ, ਇਹਨੇ ਕਿਹਾ ਇੱਥੋਂ ਦਾ ਮਰੀ ਨਹੀਂ। ਕੁੜੀ ਦੇ ਨਾਲ ਹੁੰਦੇ ਤੇਲ ਪਾ ਕੇ ਉਹਦੀ ਇਹਨੇ ਅੱਗ ਲਾ ਦਿੱਤੀ, ਉਹ ਨਾਲ ਸੋਫੇ ਜੱਟ ਨੂੰ ਲੱਗ ਗਈ। ਜਦੋਂ ਉੱਥੇ ਧੱਕੇ, ਫਿਰ ਛੋਟੀ ਚੱਕਰੀ ਇਹਨੇ ਛੋਟੀ ਨਾਲ ਕੁੱਟਣ ਡਹਿ ਗਿਆ, ਕੁੜੀ ਤਕੜੀ ਸੀਗੀ, ਧੱਕੇ ਨਾਲ ਭੱਜੀ। ਇਹਨੂੰ ਆਪਾਂ ਕੀ ਕਹਾਂਗੇ ਵੈਸੇ, ਕਿਉਂ ਹੋਈ ਇਹ ਘਟਨਾ? ਹੋਈ ਤਾਂ ਮਤਲਬ ਫਿਰ ਤੈਨੂੰ ਪਤਾ ਹੀ ਹੁਣ ਧੱਕਾ ਕਰਦਾ ਵੀ ਅੱਜ ਘਰੇ ਇਕੱਲੀ ਹੈ। ਆਹ ਚਾਂਸ ਹੈ, ਕੋਈ ਰੰਜਿਸ਼ ਵੀ ਸੀ ਪੁਰਾਣੀ ਕੋਈ? ਨਾ 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 ਨਾ, ਕਾਹਦੀ ਰੰਜਿਸ਼ ਹੈ, ਨੂੰਹ ਹੈ। ਰੰਜਿਸ਼ ਦਾ ਮਤਲਬ ਮੇਰੇ ਨਾਲ ਟਿਕ ਜੇ, ਮੈਂ ਆਪਦੀ ਕਹੋ ਕਰੀ ਜਾਵਾਂ। ਹਾਂ, ਜਦੋਂ ਉੱਥੋਂ ਕੁੜੀ ਧੱਕੇ ਨਾਲ ਨਿਕਲ ਗਈ, ਗੁਆਂਢੀਆਂ ਦੇ ਘਰੇ ਜਾਣ ਲੱਗੀ, ਲੱਤਾਂ ਫੜ ਕੇ ਖਿੱਚ ਲਈ, ਉਹ ਗੁਆਂਢੀਆਂ ਦਾ ਕੰਧ ਟੱਪਦੇ ਟੱਪਦੇ ਜਦੋਂ ਕੁੜੀ ਥੱਲੇ ਡਿੱਗ ਪਈ, ਉਹ ਕਹਿੰਦੀ ਕਾਕਾ ਮੈਨੂੰ ਹੱਥ ਬੰਨ ਦੇ, ਬਚਾ ਲਓ ਮੈਨੂੰ, ਮਾਰ ਦੂ, ਬਚਾ ਲਓ, ਮਾਰ ਦੂ। ਉਹ ਉਦੋਂ ਇਹਨੇ ਇੱਕ ਸਿਰ 'ਚ ਕਹੀ ਮਾਰੀ, ਇੱਕਾ ਪੱਖੀ 'ਚ ਮਾਰੀ, ਇੱਥੇ ਮਾੜੀ ਚੁੰਝ ਲੱਗੀ ਹੋਈ ਕੁੜੀ ਦੇ ਬਾਂਹ 'ਤੇ, ਮਾੜੀ ਮੋਟੀ ਲੱਗ ਗਈ। ਕੁੜੀ ਦੀ ਪੁਜੀਸ਼ਨ ਮੈਨੂੰ ਕੋਈ ਪਤਾ ਨਹੀਂ। ਦੇਖੋ ਜੀ, ਮੈਂ ਤਾਂ ਹੁਣ ਠੀਕਰੀ ਵਾਲੋਂ ਆਇਆ, ਹੁਣ ਇਹ ਮੇਰੇ ਰਿਸ਼ਤੇਦਾਰ ਉੱਥੋਂ ਆਏ ਨੇ ਚੰਡੀਗੜ੍ਹ। ਅਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ? ਪੁਲਿਸ ਹੁਣ ਕੋਈ ਕਾਰਵਾਈ ਨਹੀਂ ਹਲੇ ਕਰ ਰਹੀ, ਪੁਲਿਸ ਜਾ ਕੇ ਆਈ ਹੈ। ਉਹ ਕਹਿੰਦੇ ਵੀ ਅਸੀਂ ਬਿਆਨ ਲੈ ਲਾਂਗੇ, ਸਾਰਿਆਂ ਦੇ ਬਿਆਨ ਲੈ ਕੇ ਦੇਖਾਂਗੇ। ਮੈਂ ਤਾਂ ਕਿਹਾ ਜੀ, ਨਹੀਂ ਸਾਰਿਆਂ ਦੀ ਘੜੀ ਮੇਰੀ ਕੋਈ ਗੱਲ ਆ, ਰੰਜਿਸ਼ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਇਕੱਲੇ ਬੰਦੇ ਨੇ ਕਰਿਆ, ਇਹਨਾਂ ਨੇ ਮਿਲ ਕੇ ਸਾਰਾ ਟੱਬਰ ਨੇ। ਸਹੁਰੇ ਪਰਿਵਾਰ ਦਾ ਕੀ ਨਾਂ ਸੀ ਬੰਦੇ ਜਿਹਨੇ ਅੱਗ ਲਈ ਹੈ? ਜਿਹਨੇ ਅੱਗ ਲਈ ਹੈ ਕਰਤਾਰਨ ਸਿੰਘ, ਮੁੰਡੇ ਦੇ ਨਾਂ ਗਗਨ, ਮੁੰਡੇ ਦੀ ਮਾਂ ਨੂੰ ਹੋਏਗੀ ਨਾਂ ਸਿੰਦਰ, ਪੇਕੇ ਆ ਉਹਦੇ ਪਿੱਛੋਂ। ਹੋਰ ਦੱਸੋ, ਕੁੜੀ ਇਹਨਾਂ ਦੀ ਵਹੀ ਆ ਟੱਲੇ ਵਾਲਾ, ਉਂਗਲ ਕੁੜੀ ਦੀ ਚੱਲਦੀ ਹੈ ਸਾਰੀ, ਉੱਥੇ ਕਲੇਸ਼ ਪੈਂਦਾ। ਕਿਵੇਂ ਹੋਈ ਹੈ? ਇੱਕ ਲੜਕੀ ਲਵਦੀਪ ਕੌਰ, ਉਮਰ ਉਹਦੀ 30-32 ਸਾਲ ਹੈਗੀ ਹੈ, ਮਾਨਾ ਪਿੰਡੀ ਦੀ ਰਹਿਣ ਵਾਲੀ ਸੀ। ਠੀਕਰੀਵਾਲ ਵਿਖੇ ਉਹ ਵਿਆਹੀ ਹੋਈ ਸੀ ਗਗਨਦੀਪ ਸਿੰਘ ਨਾਂ ਦੇ ਲੜਕੇ ਨਾਲ। ਪਿਛਲੇ 10-12 ਸਾਲਾਂ ਤੋਂ ਸਾਡੀ, ਇੱਕ ਉਹਨਾਂ ਦੇ ਬੱਚਾ ਵੀ ਹੈਗਾ 10-11 ਸਾਲ ਦਾ। ਅੱਜ ਠੀਕਰੀਵਾਲਾ ਘਰ ਦੇ ਵਿੱਚ ਜੋ ਪਬਲਿਕ ਤੋਂ ਸੁਣਨ ਨੂੰ ਅਜੇ ਆਇਆ ਕਿ ਉਹ ਇਕੱਲੀ ਹੈਗੀ ਸੀ ਅਤੇ ਉਹਦਾ ਸਹੁਰਾ ਘਰ ਦੇ ਵਿੱਚ ਸੀ। ਉਹਦੇ ਸਹੁਰੇ ਨੇ ਉਹਦੇ 'ਤੇ ਸੁਣਿਆ ਕਿ ਤੇਲ ਪਾਤਾ, ਤੇਲ ਪਾ ਕੇ ਅੱਗ ਲਾ ਤੀ। ਉਸ ਤੋਂ ਬਾਅਦ ਉਹਦੇ ਵਾਰਸਾਂ ਨੇ, ਜਾਣੀਆਂ ਗੁਆਂਢੀਆਂ ਨੇ ਉਹਨੂੰ ਚੱਕ ਕੇ ਰੈਫਰ ਦਾਖਲ ਕਰਾਇਆ। ਦਾਖਲ ਹੋਣ ਤੋਂ ਬਾਅਦ ਉਹ ਰੈਫਰ ਹੋ ਚੁੱਕੀ ਹੈ ਅਤੇ ਸਾਡੀ ਜਿਹੜਾ IO ਨੇ, ਸਾਡੇ ਜਿਹੜੇ ਪੁਲਿਸ ਅਫਸਰ ਨੇ, ਉਹ ਉੱਥੇ ਚੰਡੀਗੜ੍ਹ ਪਹੁੰਚ ਗਏ ਨੇ। ਉਹਦਾ ਬਿਆਨ ਲਿਖਿਆ ਜਾਊਗਾ ਅਤੇ ਉਹਦੇ ਬਿਆਨ ਲਿਖਣ ਉਪਰੰਤ ਜੋ ਵੀ ਕਾਰਵਾਈ ਬਣੇਗੀ, ਜਿਹੜੇ ਜਿਹੜੇ ਦੋਸ਼ੀਆਂ ਦੇ ਖਿਲਾਫ਼ ਬਣੇਗੀ, ਅਸੀਂ ਕਾਰਵਾਈ। ਹੋਰ ਤਾਜ਼ਾ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈੱਲ ਆਈਕਨ ਵੀ ਦਬਾਓ।